ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦਿਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਬਿਰਲੈ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਗੁਰੂ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਉਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ ਹਰ ਕਾ ਬਿਲੋਬ ਨਾ ਬਿਲੋਬੋ ਮੇਰੇ ਭਾਈ ਸਹਿਜ ਬਿਲੋਬੋ ਜੈਸੇ ਤਤ ਨਾ ਜਾਈ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰ ਕਾ ਬਿਲੋਬਨਾ ਮਨ ਕਾ ਵਿਚਾਰਾ ਗੁਰਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਜਿਵੇਂ ਸਵਾਣੀਆਂ ਦੁੱਧ ਰਿੜਕਦੀਆਂ ਨੇ ਮੱਖਣ ਦੀ ਪ੍ਰਾਪਤੀ ਕਰਦੀਆਂ ਨੇ ਇਵੇਂ ਜੀਵਨ ਦੇ ਤੱਤ ਨੂੰ ਸਮਝਣ ਲਈ ਮਨ ਨੂੰ ਮਧਾਣੀ ਬਣਾ ਕੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕਾ ਕੇ ਇਹ ਗੁਰੂ ਕਾ ਕੀਰਤਨ ਕਰਨਾ ਅਤੇ ਗੁਰਮਤ ਵਿਚਾਰ ਕਰਨੀ ਤਾਂ ਕਿ ਸਾਨੂੰ ਜੀਵਨ ਦਾ ਤੱਤ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਬੇਸ ਭੇਕ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਓ ਮਨ ਰੇ ਥਿਰ ਰੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਕਰ ਅੰਮ੍ਰਿਤ ਘਟ ਮਾਹੀ ਜੀਓ ਇਸ ਗੁਰਮਤ ਸਿਧਾਂਤ ਦੀ ਸਮਝ ਲੱਗ ਸਕੇ ਅਤੇ ਅਸੀਂ ਅੰਮ੍ਰਿਤਧਾਰੀ ਹੋ ਸਕੀਏ ਸਤਿਗੁਰੂ ਨੇ ਕਿਰਪਾ ਕੀਤੀ ਸ਼ਾਮ ਦੇ ਦੀਵਾਨ ਵਿੱਚ ਮੇਰੇ ਅਜ਼ੀਜ਼ ਭਾਈ ਮਹਿੰਦਰਪਾਲ ਸਿੰਘ ਜੀ ਪਾਸੋਂ ਆਪ ਜੀ ਨੇ ਨੇਤਰੀਮ ਦਾ ਪਾਠ ਸੋਦਰ ਦੀ ਬਾਣੀ ਦਾ ਪਾਠ ਸਰਵਣ ਕੀਤਾ ਮੇਰੇ ਅਜ਼ੀਜ਼ ਗੁਰੂ ਕੇ ਕੀਰਤਨੀਏ ਹਜ਼ੂਰੀ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਉਪਰੰਤ ਬਣੇ ਹੋਏ ਸਮਾਗਮ ਦੇ ਮੁਤਾਬਕ ਗੁਰਮਤਿ ਵਿਚਾਰਾਂ ਨਾਲ ਜੁੜਨ ਦਾ ਵੀ ਇਹ ਪਵਿੱਤਰ ਸਮਾਂ ਪ੍ਰਾਪਤ ਹੋ ਰਿਹਾ ਕੀਰਤਨ ਰਾਹੀਂ ਆਪ ਜੀ ਨੇ ਸਤਿਗੁਰੂ ਦੇ ਬਚਨ ਸਰਵਣ ਕੀਤੇ ਨੇ ਹਰ ਪੇਖਣ ਕੋ ਸਿਮਰਤ ਮਨ ਮੇਰਾ ਜੀਵਨ ਵਿੱਚ ਮੇਰੇ ਇੱਕ ਤਾਂਘ ਹੈ ਕਿ ਮੈਂ ਰੱਬ ਨੂੰ ਵੇਖਾਂ ਜਿਸ ਰੱਬ ਨੇ ਮੈਨੂੰ ਸਿਰਜਿਆ ਸਾਰੇ ਸੰਸਾਰ ਨੂੰ ਸਿਰਜਿਆ ਆਸ ਪਿਆਸੀ ਚਿਤਮੋਂ ਦਿਨ ਰਹਿਣੀ ਦਿਨ ਰਾਤ ਮੇਰੇ ਅੰਦਰ ਇਹ ਆਸ ਹੈ ਇੱਛਾ ਹੈ ਤਾਂਘ ਹੈ ਅਤੇ ਮੈਂ ਇਹ ਖਿਆਲ ਕਰਦਾ ਹਾਂ ਕਰਦੀ ਹਾਂ ਹੈ ਕੋਈ ਸੰਤ ਮਿਲਾਵੇ ਨੇੜਾ ਕੋਈ ਇਹੋ ਜਿਹਾ ਸੰਤ ਜਨ ਹੋਵੇ ਜਿਹੜਾ ਮੈਨੂੰ ਨੇੜੇ ਕਰਕੇ ਪ੍ਰਭੂ ਨੂੰ ਮਿਲਾ ਦੇਵੇ ਇਹ ਜੋਦਰੀ ਦੇ ਰੂਪ ਵਿੱਚ ਬੇਨਤੀ ਦੇ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ ਆਓ ਜਿੱਥੇ ਸਤਿਗੁਰੂ ਨੇ ਇੱਥੇ ਬੈਠਣ ਦੀ ਦਾਤ ਬਖਸ਼ਿਸ਼ ਕੀਤੀ ਆਪ ਜੀ ਪੂਰੇ ਇਲਾਕੇ ਤੋਂ ਜਿਵੇਂ ਸਕੇਤ ਤੋਂ ਹੋਰ ਆਲੇ ਦੁਆਲੇ ਤੋਂ ਆਪ ਸੰਗਤਾਂ ਆਈਆਂ ਹੋ ਆਪ ਜੀ ਨੂੰ ਜੀ ਆਇਆ ਸਤਿਗੁਰੂ ਨੇ ਜਿੱਥੇ ਬੈਠਣ ਦੀ ਦਾਤ ਸਾਨੂੰ ਬਖਸ਼ੀ ਇੱਥੇ ਪਹੁੰਚਣ ਦੀ ਦਾਤ ਬਖਸ਼ੀ ਹੈ ਕੀਰਤਨ ਨਾਲ ਜੁੜਨ ਦੀ ਦਾਤ ਬਖਸ਼ੀ ਆਓ ਗੁਰਮਤ ਵਿਚਾਰਾਂ ਨਾਲ ਜੁੜਨ ਲਈ ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਫਤਿਹ ਪ੍ਰਵਾਨ ਕਰੋ ਕੋਈ ਰਸਨਾ ਖਾਲੀ ਨਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਕਹਿੰਦੇ ਵੀ ਸੰਤ ਕੋਈ ਇਹੋ ਜਿਹਾ ਹੋਵੇ ਜਿਹੜਾ ਰੱਬ ਨੂੰ ਵਿਖਾ ਸਕਦਾ ਹੈ ਅਤੇ ਰੱਬ ਦਾ ਮਿਲਾਪ ਕਰਵਾ ਸਕਦਾ ਸੰਤ ਸਭ ਸ਼ਬਦ ਸੰਤ ਲਫਜ਼ ਗੁਰੂ ਗ੍ਰੰਥ ਸਾਹਿਬ ਦੇ ਅੰਦਰ
बहुत बार बार वरत्या गया और बड़ी महिमा विच वरत्या गया। सतगुरु कहिंदे भी जीवन दे विच उस रब ने कृपा कीती है, हम संतन की रेण प्यारे, हम संतन की शरणा, संत हमारी ओट सतानी, संत हमारा गहना, हम संतन स्यों बने आई, पूर्व लिखिया पाई, ए मन तेरा पाई। संतन स्यों मेरी लेवा देवी, संतन स्यों व्यवहारा। और लास्ट में जाके कहिंदे भी जे संत दा मिलाप हो जाए तो संत ऐसी कृपा कर देंदे है, संतन मौका पूंजी सौंपी तो उतरिया मन का धोखा, धर्म राय अब कहा करे गुजो, फाट्यो सगलो लेखा। संत एडी शक्ति है, एडा पावरफुल है, एडा वधिया जीवन है कि जे किते उन्हां दी संगत मिल जाए तो जीवन दे विच फिर आ जिहड़े डर साडे अंदर सहम पिया होया धर्म राज दा, कहिंदे उहदा लेखा हिसाब ही समाप्त हो जांदा, सानू सामना नहीं करना पैंदा। फिर सतगुरु जी ने बख्शिश की है कि गुरु ग्रंथ साहब के अंदर जो सिद्धांत दर्ज ने साडे अंदर निम्रता पैदा करने वास्ते असी नितनेम करते हैं, अमृत वेले दियां बाणियां पढ़ते हैं, शाम का सोदर का पाठ किया है, तो सौण वेले भी असी सोलह साहब पढ़ना। हर कौम के अंदर अपने अपने सिद्धांत ने, इस्लाम के विच भी सौण वेले की नवाज वक्री है, जिन्हों खुफतन नवाज कहिंदे हो। तो सोलह साहब की आखिरी जिहड़ियां पंक्तियां ने ओ ए बेनती में पंक्तियां ने कि अंतर जामी पुरख विधाते शरदा मन की पूरे, नानक दास एह सुख मांगे मोको कर संतन की तूरे। कि हे मेरे मालिक साढ़े ते कृपा कर, तू अंदर की गल नू जानन वाला है, अंतर जामी पुरख विधाते साडा तू विधाता है, सानू सब कुछ बख्शिश करन वाला है, तू पूरिया होया है, सर्वव्यापी है, साडे मन की एक शरदा पूर कि नानक दास यह सुख मांगे मोको कर संतन की धूरे। मैं ये आत्मक सुख लोचदा हाँ कि सानू संतां दी धूड़ी बना दे। और फिर सतगुरु ने बचन किया कहिंदे जिन सास गिरासन विसरे, हर नामा मन मंत धन से सही नानका पूर्ण सोई संत। जिहड़े लोग दिन रात तैनू आराधदे है, दिन रात तेरे विच लीन रहिंदे है, वो लोग संत ने, जिन्हां सास गिरासन विसरे, हर नामा मन मंत धन से सही नानका पूर्ण सोई संत। संत किसी लिबास का ना नहीं, संत एक आ क्वालिटी है, संत एक। और इहो जिहा संत जो जिंदगी जिउंदा ना, जिंदगी जीवन तो बाद संसार तो जांदा है, वो अपने घर पहुँचता, रहिंदा होया भी अपने घर विच ही रहिंदा और निज सरूप की पहचान करके रहिंदा। इस करके कबीर साहब वर्गी शख्सियत ने यह गल सामने लियांदी भी संत मूहे कह रोई है, जो अपने ग्रह जाए रोवो साकत वापरे, जो हट है हट विकाए। जिहड़ा वख वख हट्टियां दे उत्ते, कदी सप्प दी हट्टी, कदी खोते दी, कदी बांदर दी, किसे किसे वख वख जोन विच वख वख विचारधारा विच भटकदा फिरदा है, उहदे वास्ते रोण दी गल है। लेकिन एक आनंदित जीवन है जिन्हें अपनी जिंदगी जीवी है, जिन्हां सास गिरासना विसरे, हर नामा मन मंत धन से सही नानका पूर्ण सोई संत। हर के संत प्रे प्रीतम प्रभ के ताके, हर हर गाइए नानक इहा सुख आगे मुख उजल, संग संतन कह पाइए। ओ संत जन जिहड़े रब दे नाल मिल चुके लोग ने, उन्हां वास्ते संबोधन किया गया। और गुरु का यह ख्याल कि मेरा हर सिख, हर जग्यासु, हर जीव, हर मनुख संत बने। रब का सिमरन करन वाला होवे, मनुखता की सेवा करन वाला होवे, ये संत लफज गुरु ग्रंथ साहब के अंदर उन्हां लोकां वास्ते जिहड़े लोग
सिमरन बंदगी करके सेवा करके अपने जीवन में समर्पित करके डेडिकेट होकर जिंदगी जीते मनुखता के भले वास्ते ना उन्हां लोकां वास्ते जिन्हां सास गिरासना बिसरै हर नामा मन मंत धन से सही नानका पूर्ण सोई संत। हुण देखो तीजे नंबर दे उत्ते संत पद संत लफज रब वास्ते वरते आम जग्यासुआं वास्ते जिवें आपां बैठे हाँ गुरु का कीर्तन सुनते हैं नेता प्रति गुरु की हजूरी बैठ के हाजरी भरते हैं तो फिर कुछ सीखण का यतन करते हैं आम जग्यासुआ वास्ते आवो संत प्यारियो अकथ की करें कहानी अकथ केरी कित द्वारे पाई है। नंबर एक दे उत्ते नंबर दो दे उत्ते वो लोग जिहड़े रब नाल मिल चुके ने जिन्हां सास गिरासना बिसरै हर नामा मन मंत धन से सही नानका पूर्ण सोई संत। हुण तीजे नंबर दे उत्ते रब वास्ते संत शब्द आपां बड़े प्यार नाल गुरु अर्जन साहब जी का शब्द पढ़ते हैं। मेरा मन लोचा गुरदर्शन ताई बिलप करे चातर की न्याई। इहदा जिहड़ा चौथा पद है वह जो असी पढ़ते हाँ उस पदे के अंदर संत शब्द संत लफज रब वास्ते वरत्या है। ध्यान देना बेनती करद्या करद्या सतगुरु ने तीन पड़ा लंघे। पहला तांग की गल की फिर जो वो नेड़े हो गए तेरा मुख सुहावा जी वह सहज धुन बाणी चिर होआ देखे सारंग पाणी। फिर एक तड़फ बयान की घड़ी ना मिलते तो कलयुग होता। लोग कहते ना कलयुग आ गया सतगुरु कहते कलयुग का भाव जो विछोड़ा। सिख के जीवन रब्बी प्यारे दे जीवन कोई किसी वर्ग में हो जो रब का विछोड़ा पैंदा ना वह कलयुग है। एक घड़ी ना मिलते तो कलयुग होता हुण कद मिली है प्रे तुद भगवंता मोहे रहन ना बिहावै नींद ना आवै बिन देखे गुरदरबारे जियो। हों घोली जियो घोल कमाई तो सच्चे गुरद्वारे जियो। हुण चौथे पदे अंदर भाग होआ कहिंदे मेरा भाग हो गया भाग मेरा चंगा भाग जाग पिया पूर्व कर्म अंकुर जा प्रगटे भेट्यो पुरख रसक बैरागी। जदों अंदरला अंकर वो समा बन गया वह माहौल बन गया वह सोच बन गई भाग होआ गुर। हुण इत्थे गुर दे रारे नूं सिहारी है जिहदा अर्थ यह है भी गुरु ने चंगे भाग बना के मेरे चंगी किस्मत मेरी जगा के मैनू चंगे भागा वाला बना के भाग होआ गुर संत मिलाया। गुरु ने मैनू चंगे भागा दे नाल संत मिला दिता। हुण गुरु तो अगे संत किहड़ा है? गुरु तो अगे संत तां केवल रब है ना। इस करके संत लफज गुरु ग्रंथ साहब के अंदर आम जग्यासू वास्ते उस शख्सियत वास्ते जिहड़ा रब विच एकमिक हो चुका है ते तीसरे नंबर के उत्ते रब वास्ते परमात्मा वास्ते ये शब्द भाग होआ गुर संत मिलाया प्रभ अविनाशी घर मैं पाया। प्रभ अविनाशी संत जिहड़ा मिलाया। सेव करी पल चसा ना बिछड़ा जा नानक दास तुम्हारे जियो। हों घोली जियो घोल कमाई जा नानक दास तुम्हारे जियो। फिर मैं एक होर पंक्ति रखा तुहाडे सामने इहदे नाल इसे सेंस विच सतगुर संत मिलाया मस्तक धर के हथ। जिवें उत्थे गुर दे रारे नूं सिहारी है ना गुरु ने संत मिला दिता हुण इत्थे सतगुर दे रारे नूं सिहारी है। ग्रैमेटिकली उहदा अर्थ है भी सतगुरु ने संत मिला दिता मेरे मत्थे उत्ते हथ धर के सतगुर संत मिलाया मस्तक धर के हथ। ये पंक्ति गुरु अर्जन पातशाह जी की वह पंक्ति भी गुरु अर्जन पातशाह जी की भाग होआ गुर संत मिलाया माझ राग के अंदर सतगुर संत मिलाया मारू राग के अंदर। यदा मतलब दोगलापन तो हो नहीं सकता भी एको शख्सियत दो अर्थों में गल करती हो। माझ राग के अंदर भाग होआ गुर संत मिलाया मेरे चंगे भाग हो गए कि गुरु ने संत मिला दिता सतगुर संत मिलाया मस्तक धर के हाथ। सतगुरु ने मैनू संत मिला दिता मेरे मत्थे उत्ते हाथ धर के। मेरे कहण तो मुराद के संत लफज वख वख अर्थां विच और रब तक रब नू संबोधन करन वेले भी संत शब्द नाल संबोधन किया गया रब वास्ते भी ये पवित्र शब्द वरत्या गया।
ਹੁਣ ਜੀਵਨ ਦੇ ਵਿੱਚ ਸੰਤ ਦੀ ਨਿਸ਼ਾਨੀ ਕੀ ਹੈ, ਸੰਤ ਦੀ ਪਹਿਚਾਣ ਕਿਵੇਂ ਹੋ ਸਕੇ? ਕਿਉਂਕਿ ਜਿਵੇਂ ਜਿਵੇਂ ਚੰਗਿਆਈ ਆਉਂਦੀ, ਚੰਗਿਆਈ ਦੇ ਨਾਲ ਨਕਲ ਵੀ ਸ਼ੁਰੂ ਹੋ ਜਾਂਦੀ ਹੈ। ਚਾਹੇ ਕੋਈ ਬਾਜ਼ਾਰੂ ਕੋਈ ਵਸਤੂਆਂ ਆਪਾਂ ਖਰੀਦੀਏ, ਰਾਸ਼ਨ ਖਰੀਦੀਏ, ਕੋਈ ਹੋਰ ਚੀਜ਼ ਖਰੀਦੀਏ, ਹਰ ਥਾਂ ਦੇ ਉੱਤੇ ਉਹਦਾ ਕੋਈ ਨਾ ਕੋਈ ਡੁਪਲੀਕੇਟ ਪੈਦਾ ਹੋ ਜਾਂਦਾ, ਨਕਲ ਪੈਦਾ ਹੋ ਜਾਂਦੀ, ਅਸਲ ਪਿੱਛੇ ਰਹਿ ਜਾਂਦਾ। ਕਈ ਵਾਰੀ ਨਕਲ ਉਹ ਤੋਂ ਸੋਹਣੀ ਬਣ ਜਾਂਦੀ ਹੈ। ਔਰ ਇਵੇਂ ਹੀ ਇਸ ਅਰਥ ਦੇ ਵਿੱਚ ਜਾਂ ਇਸ ਮਾਹੌਲ ਦੇ ਵਿੱਚ ਜਿਹੜਾ ਇਹ ਸ਼ਖਸੀਅਤ, ਸਤਿਗੁਰੂ ਕਹਿੰਦੇ ਵੀ ਸਾਡੀ ਅਰਦਾਸ ਹੈ ਸਾਨੂੰ ਉਹਨਾਂ ਦੀ ਧੂੜੀ ਬਣਾ, ਸਾਨੂੰ ਉਹਨਾਂ ਦੇ ਕੋਲ ਬਿਠਾ, ਉਹ ਰੱਬ ਦਾ ਦਰਸ਼ਨ ਕਰਵਾਉਣ ਵਾਲੇ ਨੇ। ਲੇਕਿਨ ਉਹਦੀ ਨਕਲ ਵੀ ਇੰਨੀ ਬਣ ਜਾਂਦੀ ਹੈ ਅਤੇ ਕਬੀਰ ਸਾਹਿਬ ਵਰਗੇ ਲੋਕਾਂ ਨੂੰ ਇਹ ਡੰਕੇ ਦੀ ਚੋਟ ਦੇ ਉੱਤੇ ਐਲਾਨ ਕਰਨਾ ਪਿਆ, ਗਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਣ ਤੱਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਵਾਗ, ਉਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਐਸੇ ਸੰਤ ਨਾ ਮੌਕਾ ਭਾਵੇਂ ਡਾਲਾ ਸਿਉ ਪੇਡਾ ਗਟਕਾਵੇਂ, ਜਿਹੜੇ ਡਾਲੀਆਂ ਸਮੇਤ ਹੀ ਸਾਰਾ ਦਰਖਤ ਖਾਣ ਵਾਲੇ ਲੁਟੇਰੇ, ਉਹਨਾਂ ਲੋਕਾਂ ਤੋਂ ਅਸੀਂ ਬਚ ਸਕੀਏ, ਸਾਨੂੰ ਅਸਲ ਪਹਿਚਾਣ ਹੋ ਸਕੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ ਵੀ ਸਾਡੀ ਜ਼ਿੰਦਗੀ ਦੇ ਅੰਦਰ ਸੰਤ ਕੌਣ ਹੋ ਸਕਦਾ? ਹਰ ਜਗਿਆਸੂ, ਉਹ ਮੇਰੀਆਂ ਭੈਣਾਂ ਵਿੱਚੋਂ ਵੀ ਪੈਦਾ ਹੋ ਸਕਦਾ ਕੋਈ। ਔਰ ਸੰਸਾਰ ਦੇ ਅੰਦਰ ਬਹੁਤ ਮਹਾਨ ਇਸਤਰੀਆਂ ਹੋਈਆਂ ਨੇ ਜਿਨ੍ਹਾਂ ਨੂੰ ਸੰਤ ਸ਼ਬਦ ਨਾਲ ਸੰਬੋਧਨ ਕੀਤਾ ਗਿਆ। ਔਰ ਗੁਰਮਤਿ ਖੇਤਰ ਵਿੱਚ ਮਾਤਾ ਖੀਵੀ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ, ਮਾਤਾ ਸਾਹਿਬ ਕੌਰ ਜੀ ਨੂੰ, ਮਾਤਾ ਗੁੱਜਰ ਕੌਰ ਜੀ ਨੂੰ ਕੀ ਆਖੋਗੇ? ਮਾਤਾ ਤ੍ਰਿਪਤਾ ਜੀ ਨੂੰ ਕੀ ਆਖੋਗੇ? ਮਾਤਾ ਗੰਗਾ ਜੀ ਨੂੰ ਕਿਸ ਸ਼ਬਦ ਨਾਲ ਸੰਬੋਧਨ ਕਰੋਗੇ? ਮਾਤਾ ਭਾਗ ਕੌਰ ਨੂੰ ਕਿਵੇਂ ਦੇਖੋਗੇ? ਔਰ ਸਾਡੇ ਵਿੱਚੋਂ ਵੀ ਕੋਈ, ਮਨੁੱਖਾਂ ਵਿੱਚੋਂ ਵੀ ਪੈਦਾ ਹੋ ਸਕਦਾ ਹੈ, ਕੋਈ 5 ਸਾਲ ਅਤੇ 7 ਸਾਲ ਦਾ, ਸਾਹਿਬਜ਼ਾਦਿਆਂ ਦੇ ਰੂਪ ਵਿੱਚ ਵੀ ਹੋ ਸਕਦਾ 7 ਸਾਲ ਅਤੇ 9 ਸਾਲ ਦਾ, ਪ੍ਰਹਿਲਾਦ ਅਤੇ ਧਰੂ ਦੇ ਰੂਪ ਵਿੱਚ ਵੀ ਹੋ ਸਕਦਾ। ਦੇਖੋ ਨਾ ਕਬੀਰ ਸਾਹਿਬ ਜਦੋਂ ਗੱਲ ਕਰਦੇ ਹੈ ਉਹ ਕਹਿੰਦੇ ਮੈਨੂੰ ਕਿਸੇ ਬਜ਼ੁਰਗ ਦੀ ਗਵਾਹੀ ਦੇਣ ਦੀ ਲੋੜ ਨਹੀਂ, ਬਜ਼ੁਰਗ ਕੋਲ ਜਾਣ ਦੀ ਲੋੜ ਨਹੀਂ, ਅਤੇ ਮੈਂ ਬਜ਼ੁਰਗ ਦੀ ਗੱਲ ਜਦੋਂ ਕਰਦਾ ਤਾਂ ਬਜ਼ੁਰਗੀ ਦਾ ਭਾਵ ਦਾੜਾ ਚਿੱਟਾ ਹੋਣ ਦੀ ਗੱਲ ਨਹੀਂ, ਕੇਸ ਚਿੱਟੇ ਹੋਣ ਦੀ ਗੱਲ ਨਹੀਂ, ਸਰੀਰ ਬੁੱਢਾ ਹੋਣ ਦੀ ਗੱਲ ਨਹੀਂ, ਬਜ਼ੁਰਗੀ ਬਾ ਅਕਲ ਹੈ। ਅਤੇ 5 ਸਾਲ ਦਾ ਧਰੂ ਜਿਹੜਾ ਹੈ ਉਹ ਸੰਤ ਬਣ ਕੇ ਬੈਠਾ ਹੈ, ਪ੍ਰਹਿਲਾਦ ਆਪਣੇ ਅੰਦਰ ਦ੍ਰਿੜਤਾ ਪੈਦਾ ਕਰਕੇ ਬੈਠਾ ਸੰਤ ਦੀ। ਅਤੇ ਅੱਜ ਮੈਂ ਜੇ ਕੁਝ ਖਿਆਲ ਕਰਾਂ ਤਾਂ ਮੈਨੂੰ ਵੱਡੇ ਉਮਰ ਦੇ ਲੋਕਾਂ ਵੱਲ ਜਾਣ ਦੀ ਲੋੜ ਨਹੀਂ, ਮੈਂ ਤਾਂ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹ ਬਹੁਤ ਛੋਟੀ ਉਮਰ ਦੇ ਵਿੱਚ ਸੰਤ ਮੇਰੇ ਸਾਹਮਣੇ ਬੈਠੇ ਹੈ, ਮੈਂ ਚਾਹੁੰਦਾ ਵੀ ਰੱਬ ਕਿਰਪਾ ਕਰੇ ਮੇਰੇ 'ਤੇ, ਮੈਂ ਇਹਨਾਂ ਵਾਂਗੂ ਆਪਣਾ ਸਿਮਰਨ ਕਰਾਂ, ਆਪਣੀ ਬੰਦਗੀ ਕਰਾਂ। ਔਰ ਉਹਦੇ ਵਿੱਚ ਦੇਖੋ ਮਾਵਾਂ ਦਾ ਰੋਲ ਬਹੁਤ ਵੱਡਾ ਹੈ। ਹੁਣ ਧਰੂ ਜਦੋਂ ਆ ਗਿਆ ਘਰ ਦੇ ਅੰਦਰ, ਖੇਡਦਾ ਖੇਡਦਾ ਬੱਚਾ ਉੱਠ ਕੇ ਆਇਆ, ਪਿਤਾ ਵੱਲ ਨੂੰ ਭੱਜਦਾ, ਮਾਂ ਵੱਲ ਨੂੰ ਭੱਜਦਾ ਹੈ, ਅਤੇ ਉਸ ਵੇਲੇ ਉਹ ਪਿਤਾ ਉਤਾਨਪਾਦ ਦੀ ਗੋਦੀ 'ਚ ਪਹੁੰਚਦਾ ਹੈ, ਮਾਂ ਚੁੱਕਦੀ ਹੈ ਜੋ ਸਟੈਪ ਮਦਰ ਹੈ ਵੀ ਕਿਤੇ ਮੇਰੇ ਪੁੱਤਰ ਦੀ ਥਾਂ ਨਾ ਲੈ ਲਵੇ, ਬਹੁਤ ਦੁਖੀ ਕਰਕੇ ਬਾਹਰ ਕੱਢ ਦਿੰਦੀ ਉਹਨੂੰ। ਭਾਈ ਗੁਰਦਾਸ ਜੀ ਕਹਿੰਦੇ ਧਰੂ ਹੱਸਦਾ ਘਰ ਆਇਆ, ਘਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿਕਾ ਮਾਂ ਪੁੱਛੈ ਤੂੰ ਸੁਬਾਣੀ ਹੈ ਕਿ ਸਰੀਤਾ, ਮਾਂ ਮੈਨੂੰ ਦੱਸ ਵੀ ਤੂੰ ਸੱਚਮੁੱਚ ਪਟਰਾਣੀ ਹੈ ਕਿ ਸੁਰੀਤਾ ਦਾ ਭਾਵ ਗੁਲਾਮ ਹੈ, ਗੋਲੀ ਹੈ। ਅਤੇ ਮਾਂ ਬੜੀ ਸਮਝਦਾਰ ਸੀ, ਉਹ ਕਹਿਣ ਲੱਗੀ ਸੁਬਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ, ਹੈ ਤਾਂ ਮੈਂ ਪਟਰਾਣੀ ਗਿਣਤੀ ਵਿੱਚ ਲਿਖਤ ਰੂਪ ਵਿੱਚ ਮੈਂ ਪਟਰਾਣੀ ਹਾਂ, ਪਰ ਮੇਰੇ ਅੰਦਰ ਉਹ ਕਰਮ ਨਹੀਂ, ਉਹ ਹਾਲਾਤ ਨਹੀਂ, ਉਹ ਸੋਚ ਨਹੀਂ ਪੈਦਾ ਕਰ ਸਕੀ, ਉਹ ਭਗਤੀ ਉਹ ਡੈਡੀਕੇਸ਼ਨ ਨਹੀਂ ਮੇਰੇ ਅੰਦਰ ਆ ਸਕਿਆ, ਇਸ ਕਰਕੇ ਮੈਂ ਉਹ ਥਾਂ ਨਹੀਂ ਪ੍ਰਾਪਤ ਕਰ ਸਕੀ। ਫਿਰ ਪੁੱਤਰ ਨੇ ਸਵਾਲ ਕੀਤਾ ਆਪਣੀ ਮਾਂ ਨੂੰ, ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਬਣ ਮੀਤਾ, ਮਾਂ ਮੈਨੂੰ ਕਿਰਪਾ ਕਰਕੇ ਦੱਸੋ ਵੀ ਉਹ ਕਿੱਦਾਂ ਦਾ ਰਾਜ ਪ੍ਰਬੰਧ ਹੈ ਜਿੱਥੇ ਵੋਟਾਂ ਦੀ ਲੋੜ ਨਾ ਪਵੇ, ਦੂਜੇ ਲੋਕਾਂ ਦਾ ਸਹਾਰਾ ਨਾ ਲੈਣਾ ਪਵੇ, ਗਿਣਤੀ ਮਿਣਤੀ ਦੇ ਚੱਕਰ 'ਚ ਨਾ ਪੈਣਾ ਪਵੇ, ਮੈਨੂੰ ਸ਼ਰਾਬਾਂ ਨਾ ਵੰਡਣੀਆਂ ਪੈਣ ਇਲੈਕਸ਼ਨ ਕਰਾਉਣ ਵਾਸਤੇ, ਜਿੱਤਣ ਵਾਸਤੇ, ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵਣ ਮੀਤਾ, ਜਿਹੜੇ ਦੁਸ਼ਮਣ ਨੇ ਉਹ ਮੇਰੇ ਸਾਹਮਣੇ ਮਿੱਤਰ ਬਣ ਕੇ ਆ ਜਾਣ, ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵਣ ਮੀਤਾ। ਅਤੇ ਮਾਂ ਨੇ ਜਿਹੜਾ ਉੱਥੇ ਆਂਸਰ ਦਿੱਤਾ ਨਾ, ਬੜਾ ਕਮਾਲ ਦਾ, ਭਾਈ ਗੁਰਦਾਸ ਜੀ ਕਹਿੰਦੇ
परमेश्वर आराधी है जिदू होई है पतत पुनीता। हे पुत्र केवल रब की बंदगी रब का सिमरन रब का सहारा जेदे कारण एक डिगया होया मनुख वो पवित्र हो जाता उच्चा हो जाता बहुत उच्ची पदवी पर पहुँच जाता रब वर्गा हो जाता हो। अज जिन्हां लोगों को धक्के मार के बाहर कढ़न का यतन किया अज वो गुरु ग्रंथ साहब के अंदर संत बन के बैठे ने गुरु बन के बैठे ने उपदेशक बन के बैठे ने सारा सिख जागत उन्होंने मत्था टेक रहा है। बंदगी जिन्ह ने की है भगती जिन्ह ने की है तो मैं अर्ज कर रहा सा कि रब दे दर दे उत्ते यह दृढ़ता यह डेडिकेशन साढ़े अंदर पहचान होवे सानू रेकगनाइज हो सके तहजीब हो सके कि संत के नू कहिंदे ताकि साढ़े ना कोई धोखा ना करे। मैं तुहाडे नाल बचन कुछ सांझे करने चाहुंदा है धन गुरु अर्जन पातशाह जी दी राही जो संस्कृति अंदर उन्होंने दर्ज किए हैं। वो कहिंदे संत की पहली निशानी है कि मंत्रंग राम राम नामंग जिहड़े संत ने जिहड़े सानू रब का मिलाप करवा सकते हैं क्योंकि जे आप नहीं वेख्या तो वह बखालन की गल करेगा तो धोखा करेगा वह तो गप्पा मारेगा। वेखो ना गुरु नानक पातशाह जी पहले प्रचारक दौरे अंदर वख वख थावां ते हरिद्वार पहुँचते हैं अयोध्या जाते हैं नानक मते जाते हैं फिर जगन्नाथपुरी पहुँच जाते जगन्नाथपुरी सतगुरु ने आरती समझाई कि असल में आरती की हो सकती है सब मैं जोत जोत है सोए तिस दे चानन सब मैं चानन होए गुरसाखी जोत प्रगट होए जोत इस भाव है सो आरती होए भी आरती का भाव जो उन्हूं चंगा लगे वो सानू चंगा लगे और साढ़े जीवन दे विच ए नेत्र मिल जान ए अखा मिल जान ए दृष्टि प्राप्त हो जाए भी जिहड़ी जोत मेरे अंदर आ वह दूजियां विच भी है। उहदे दर दे उत्ते कोई मुसलमान नहीं कोई हिंदू नहीं एक इंसानियत लैवल की गल सानू समझ लगे वे असी इंसान हाँ। ये आरती कुछ लोगों ने दसिया फिर सच्चे पातशाह इत्थे बहुत बड़े महापुरख रहिंदे है सानू उन्हां नू मिल के दर्शन करने चाहिए रब की कोई गलबात करनी चाहिए है तो गुरु नानक पातशाह तो निकली ये वास्ते गुरमुख खोजत भए उदासी दर्शन कह ताई भेख निवासी सतगुरु कहिंदे कल नू चलांगे बड़े प्यार नाल काफिला लैके तुर पए और गुरु तो अंतरजामी जदों तुरे पहुँच गए उत्थे भाई मरदाना जी ने अपने साथियों समझाया भी पहली गल ये बंदा देखो साडे सामने एक दावा कर रहा है एडा महापुरख है समर्था वाला है भी ये कहिंदा भी मैं पावरफुल हाँ मेरे अंदर स्पिरिचुअल पावर है आत्मक इन्नी शक्ति है भी जिन्हें बिशनपुरी के दर्शन करने हो जिन्हें शिवपुरी के दर्शन करने हो ब्रह्मपुरी के दर्शन करने हो मैं इत्थे करवा सकदा जिवें टैलीपैथी ना देखो टैलीविजन कितें पिया सैट सेंटर कितें चल रहा है तो किवें वो टैलीकास्ट हो रहा है डिस्प्ले हो रहा साढ़े सामने वो दावा करता भी मैं थानू दिखा सकदा जिन्हें बिशनपुरी के दर्शन करने जिन्हें ब्रह्मपुरी के दर्शन करने जिन्हें शिवपुरी के दर्शन करने इत्थे बैठे हाँ। सतगुरु ने भाणा वरताया लोटा चुका दिता कहानी असी बहुत बारी सुनी और चुका के बहुत ही दूर नहीं रखे वो पिछे रख दिता अखा खुल गई क्योंकि वो अंदर कोई सिक्का नहीं डिगया कोई खड़का नहीं होया सुरता वो अखा खुल गई कहन लगा मेरा लोटा कहाँ है। सतगुरु कहिंदे महापुरखो तुसी कहिंदे हो मैनू शिवपुरी ब्रह्मपुरी एडी समर्था रख दिओ तुसी ते देखो ध्यान मार के इत्थे किते हो ना। वह कहन लगा संतों से मशकरी नहीं करनी चाहिए उन्हें बड़ा अखा मीचण का यतन किया बहुत उपराला किया लेकिन कुछ भी नज़र ना आ सकिया उन्हों क्योंकि वह लोग एक पखंडवाद दे विच बैठे ने समाधि का वह केवल पखंड करते हो। सतगुरु कहिंदे भी वेखो ये बंदे की हालत यह कहिंदा मैं शिवपुरी ब्रह्मपुरी बिशनपुरी दिखा रहा है लेकिन मेरी समझ के मुताबिक जो मैनू नज़र आ रहा है ये बंदे नू अपने शहर का ही नहीं पता जे शहर में रहिंदा जगन्नाथपुरी में उच्च की हो रहा कहिंदे शहर की गल छड्डो इहनू इह नहीं पता मेरे पिछे की हो रहा क्योंकि लोटा तो उहदे पिछे पिया सी
ਇਹ ਦਾਵਾ ਕਰਦਾ ਵੀ ਮੈਨੂੰ ਬ੍ਰਹਮਪੁਰੀ, ਸ਼ੇਪੁਰੀ, ਬਿਸ਼ਨਪੁਰੀ ਦਾ ਦਰਸ਼ਨ ਹੋ ਰਿਹਾ ਹੈ, ਲੇਕਿਨ ਇਹ ਵਿਚਾਰੇ ਨੂੰ ਆਪਣੇ ਸ਼ਹਿਰ ਦਾ ਨਹੀਂ ਪਤਾ, ਆਪਣੇ ਆਲੇ ਦੁਆਲੇ ਨਹੀਂ ਪਤਾ, ਆਪਣੇ ਆਂਢ ਗੁਆਂਢ 'ਚ ਨਹੀਂ ਪਤਾ ਕੀ ਹੋ ਰਿਹਾ, ਇਹ ਗੱਪਾਂ ਮਾਰ ਰਿਹਾ, ਝੂਠ ਬੋਲ ਰਿਹਾ ਹੈ। ਸਤਿਗੁਰੂ ਨੇ ਉੱਥੇ ਬਚਨ ਬਖਸ਼ਿਸ਼ ਕੀਤੇ, ਕਹਿੰਦੇ ਕਾਲ ਨਾਹੀਂ, ਹੁਣ ਨਹੀਂ ਸਮਾਂ ਇਸ ਤਰ੍ਹਾਂ ਦੇ ਪਖੰਡ ਕਰਨ ਦਾ, ਯੋਗ ਨਾਹੀਂ, ਨਾਹੀਂ ਸਤ ਕਾ ਢੱਬ ਥਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ ਕੱਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਇਹ ਲੋਕ ਆਂਢ ਸੇਤੀ ਨਾਕ ਪਕੜੈ, ਸੂਝਤੇ ਤਿੰਨ ਲੋ, ਮਗਰ ਪਾਸ਼ਾ ਕਛ ਨਾ ਸੂਝੈ, ਇਹ ਪਦਮ ਅਲੋ, ਇਹ ਅਲੌਕਿਕ ਪਦਮ ਆਸਣ ਵੀ ਪਿੱਛੇ ਪਿਆ, ਇਹਨਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ, ਕਹਿੰਦੇ ਸਾਨੂੰ ਤ੍ਰਿਲੋਕੀ ਦੇ ਦਰਸ਼ਨ ਹੋ ਰਹੇ, ਔਰ ਦੂਜਿਆਂ ਨੂੰ ਦਿਖਾਉਣ ਦਾ ਦਾਵਾ ਕਰਦੇ ਹੈ। ਲੇਕਿਨ ਜਿਹੜੇ ਸੰਤ ਜਨ ਨੇ ਉਹ ਇਹਨਾਂ ਪਖੰਡਾਂ 'ਚੋਂ ਬਾਹਰ ਨਿਕਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਜਵੀਂ ਜੋਤ, ਪੰਜਵਾਂ ਜਾਮਾ, ਪੰਜਵਾਂ ਸਰੀਰ, ਧੰਨ ਗੁਰੂ ਅਰਜਨ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿੰਦੇ ਸੰਤ ਦੀ ਪਹਿਲੀ ਨਿਸ਼ਾਨੀ ਮੰਤਰੰਗ ਰਾਮ ਰਾਮ ਨਾਮੰਗ, ਕਿ ਉਹ ਰਾਮ ਦੇ ਨਾਮ ਦਾ ਮੰਤਰ ਆਪਣੀ ਜ਼ਿੰਦਗੀ 'ਚ ਧਾਰਨ ਕਰਦਾ ਹੈ, ਭਾਵ ਉਹਦਾ ਮਤਾ, ਉਹਦਾ ਜੀਵਨ ਜਿਉਣ ਦਾ ਢੰਗ ਕੇਵਲ ਰੱਬ ਦਾ ਆਸਰਾ, ਰੱਬ ਦਾ ਸਿਮਰਨ, ਉਹ ਆਪਣੇ ਅਕੀਦੇ ਵਿੱਚ ਪੱਕਾ, ਰੱਬ ਤੋਂ ਉਹਨੂੰ ਤੋੜਨ ਦਾ ਕੋਈ ਯਤਨ ਕਰੇ ਵੀ ਆਹ ਗੱਲ ਸਾਡੀ ਮੰਨ ਲੈ। ਹੁਣ ਪ੍ਰਹਿਲਾਦ ਸੰਤ ਹੈ ਨਾ, ਬਾਰ ਕੋਠੇ ਵਿੱਚ ਰੱਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੀ, ਮੇਰਾ ਅੰਤਰ ਗੁਰਗੋਪਾਲਾ, ਉਹਨੂੰ ਡਰਾਉਣ ਦਾ ਯਤਨ ਕੀਤਾ ਗਿਆ, ਸਾੜਨ ਦਾ ਯਤਨ ਕੀਤਾ ਗਿਆ, ਤਪਦੇ ਥੰਮ ਨੂੰ ਜੱਫੀ ਪਾਉਣ ਵਾਸਤੇ ਹੁਕਮ ਕੀਤਾ ਗਿਆ ਵੀ ਆਪਣੇ ਅਕੀਦੇ ਤੋਂ ਹਿੱਲ ਸਕੇ ਇਹ। ਲੇਕਿਨ ਉਹਦੀ ਐਡੀ ਕਮਾਲ ਦੀ ਦ੍ਰਿੜਤਾ ਹੈ, ਉਹਨੂੰ ਕਹਿੰਦੇ ਵੀ ਸਾਡੀ ਮਰਜ਼ੀ ਦੀ ਪੜ੍ਹਾਈ ਕਰ, ਤੈਨੂੰ ਐਜੂਕੇਸ਼ਨ ਦੇਣਾ ਹੈ ਅਤੇ ਐਜੂਕੇਸ਼ਨ ਜੋ ਸਾਡੀ ਮੱਤ ਹੈ ਉਹਦੇ ਮੁਤਾਬਕ ਮਿਲੇਗਾ। ਉਹ ਕਹਿੰਦੇ ਨਹੀਂ, ਰੱਬ ਛੱਡ ਦੇ, ਕੇਵਲ ਹਰਨਾਕਸ਼ ਦੀ ਗੱਲ ਕਰ। ਅਤੇ ਅੱਗੇ ਉਹ ਸੰਤ ਕੀ ਕਹਿੰਦਾ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸੋ ਨਹੀਂ ਕਾਮ, ਸੰਡਾ ਮਰ ਕਾ ਜਾਏ ਪੁਕਾਰੈ, ਪੜ੍ਹੇ ਨਹੀਂ ਹਮ ਹੀ ਪਚ ਹਾਰੇ, ਰਾਮ ਕਹਿ ਕਰ ਤਾਲ ਵਜਾਵੇ, ਚਟੀਆ ਸਭੇ ਵਿਗਾੜੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਉਹਦੀ ਜ਼ਿੰਦਗੀ ਦੇ ਅੰਦਰ ਐਡਾ ਵੱਡਾ ਅਕੀਦਾ, ਐਡੀ ਵੱਡੀ ਦ੍ਰਿੜਤਾ ਬਣ ਗਈ ਹੈ। ਕਬੀਰ ਸੰਤ ਨਾ ਛੋਡੇ ਸੰਤੀ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭਿਅੰਗਮ ਵੇਢਿਓ ਤਾਂ ਸੀਤਲ ਤਾਂ ਨਾ ਤਜੰਤ। ਇਹ ਥੋੜ੍ਹੀ ਵੀ ਅੱਜ ਇੱਕ ਪਾਰਟੀ ਨਾਲ, ਕੱਲ੍ਹ ਨੂੰ ਦੂਜੀ ਪਾਰਟੀ ਨਾਲ, ਪਰਸੋਂ ਤੀਜੀ ਪਾਰਟੀ ਨਾਲ, ਜੋ ਅੱਜ ਦਾ ਸਾਡੇ ਸਾਹਮਣੇ ਜਲੂਸ, ਕਹਿੰਦੇ ਸੰਤ ਨੇ ਉਹ, ਲੇਕਿਨ ਅੱਜ ਕਦੀ ਇੱਕ ਧਿਰ ਨਾਲ, ਕਦੀ ਦੂਜੀ ਨਾਲ, ਕਦੀ ਤੀਜੀ ਨਾਲ, ਔਰ ਤਾਂ ਐਸਾ ਅਕੀਦਾ ਹੈ ਉਹ ਰੱਬ ਤੋਂ ਬਿਨਾਂ ਕੋਈ ਧਿਰ ਮੰਨਦਾ ਹੀ ਨਹੀਂ। ਉਹ ਕਹਿੰਦਾ ਵੀ ਰੱਬ ਜਿਹੜਾ ਸਾਰਿਆਂ ਵਿੱਚ ਹੈ, ਉਹ ਸਾਰਿਆਂ ਵਿੱਚ ਰੱਬ ਦੇ ਦਰਸ਼ਨ ਕਰਦਾ ਹੈ। ਹੁਣ ਕਿੰਨੇ ਨੇ ਅੱਜ ਸਾਡੇ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਡੇਰੇ ਹੋਣਗੇ ਜਿਹੜੇ ਕਹਿਣਗੇ ਬੀਬੀਆਂ ਨੂੰ ਪਾਠ ਕਰਨ ਦਾ ਅਧਿਕਾਰ ਨੇ। ਵੇਖੋ ਨਾ, ਇਹ ਬੀਬੀਆਂ ਕਿਤੇ ਹਾਰ ਲੈ ਕੇ ਜਾਣ ਸੋਨੇ ਦਾ, ਗੁਰਦੁਆਰੇ ਐਕਸੈਪਟ ਕਰ ਲੈਣਾ, ਲੇਕਿਨ ਜੇ ਹਰਿਮੰਦਰ ਸਾਹਿਬ 'ਚ ਕੀਰਤਨ ਕਰਨ ਦੀ ਗੱਲ ਕਰਨ, ਉਹ ਪ੍ਰਵਾਨ ਨੇ। 41 ਲੱਖ ਦਾ ਹਾਰ ਭੇਟ ਕੀਤਾ, ਉਹ ਪ੍ਰਵਾਨ ਕਰ ਲਿਆ, ਉਹਦੀ ਅਰਦਾਸ ਵੀ ਕਰ ਦਿੱਤੀ, ਲੇਕਿਨ ਕੀਰਤਨ ਕਰਨ ਦੀ ਆਗਿਆ ਨਹੀਂ। ਪਰ ਸੰਤ ਨਹੀਂ ਕਰੇਗਾ, ਕਿਉਂਕਿ ਸੰਤਾਂ ਨੂੰ ਇਹਨਾਂ ਵਿੱਚ ਵੀ ਰੱਬ ਨਜ਼ਰ ਆਏਗਾ, ਸਾਡੇ ਵਿੱਚ ਵੀ ਰੱਬ ਨਜ਼ਰ ਆਏਗਾ। ਸੰਤ ਜਿਹੜਾ ਹੋਏਗਾ ਉਹਦੀ ਸੋਚ ਹੋਏਗੀ, ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਕਬੀਰ ਪੂੰਗੜਾ ਰਾਮ ਅੱਲਾ ਕਾ, ਸਭ ਗੁਰ ਪੀਰ ਹਮਾਰੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸੋ ਆਰਤੀ ਹੋਏ। ਸੰਤ ਦਾ ਭਾਵ ਕਿ ਆਪਣੀ ਜ਼ਿੰਦਗੀ ਦੇ ਵਿੱਚ ਉਹਨੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਉਹਦਾ ਧਿਆਨ ਕਿਹਦੇ ਵਿੱਚ, ਜਿਹੜਾ ਸਾਰਿਆਂ ਵਿੱਚ ਰੱਬ ਪੂਰਿਆ ਹੋਇਆ। ਪਹਿਲੀ ਨਿਸ਼ਾਨੀ ਰੱਬ ਦੀ, ਸੰਤ ਦੀ, ਵੀ ਉਹ ਰੱਬ ਤੋਂ ਸਿਵਾ ਕੋਈ ਦੂਜੀ ਗੱਲ ਨਹੀਂ ਕਰੇਗਾ, ਉਹ ਰੱਬ ਦਾ ਆਸਰਾ, ਰੱਬ ਦਾ ਸਿਮਰਨ। ਸੰਤਾਂ ਟੇਕ ਤੁਮਾਰੀ ਸੁਆਮੀ, ਨੰਬਰ 2 ਦੇ ਉੱਤੇ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ। ਜਿਹੜਾ ਸੰਤ ਹੈ ਉਹਨੂੰ ਗਿਆਨ ਹੋਏਗਾ ਕਿ ਦੁੱਖ ਸੁੱਖ ਵਿੱਚ ਕਿਵੇਂ ਨਿਰਲੇਪ ਰਹਿਣਾ। ਇਸੇ ਪੰਕਤੀ ਦੀ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹਾ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ, ਨਹਿ ਨਿੰਦਿਆ ਨੈ ਉਸਤਤ ਜਾ ਕੇ, ਲੋ ਮੋਹ ਅਹੰਕਾਰਾ ਹਰਕ ਸੁੱਖ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਮੈਂ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘੱਟ ਬ੍ਰਹਮ ਨਿਵਾਸਾ,
गुर कृपा जे नरको कीनी ते एह जुगत पछानी नानक लीन भयो गोबिंद सिंह जो पानी संग पानी। ये संत की व्याख्या है कि वह दुख ते सुख दे विच निरलेप रहिंदा है, उन्हूं कोई दुनिया की ताकत दुखी नहीं कर सकती, क्योंकि एक सिद्धांत है जिहड़ा संसारी बंदा ना इहनूं किन्ना भी सुख दे लो इह कदी सुखी नहीं हुंदा। देखो ना सानू किन्ने पदार्थ मिल जाते असी फिर भी अगे तो अगे मंगते ही हाँ, साढ़े चो किन्ने हो गए जे नाम मंगण आए इतने। मैं कहना जे सानू यह पता हो नाम मनना मंगना पैना है, नाम जपना पैना है और आप जपना पैना है, गुरुद्वारे पहुँचे कौन, मंदिर च जावे कौन? अही तो आँदे बहुते भी सानू पुत्र चाहिए, धी चाहिए, पदार्थ चाहिए, लेकिन वो बावजूद साढ़े अंदर टिका आ गया असी सुखी हो गए। संसारी बंदे नूं किन्ना भी सुख दिता जाए वह कदी सुखी नहीं हुंदा। ते रब्बी प्यार विच जिहड़ा संत जन है धर्मी बंदा उहनूं किन्ना भी कोई दुख देण दा यतन करे वह कदी दुखी नहीं हुंदा। उहनूं आरे ना चीर देवे, मैं दुपहरे भी गल कीती सी, तती तवी ते बिठा देवे, उहनूं देग चो वाल देवे, उहदा बंद बंद कट देवे। ज्ञानंग सम दुख सुखंग, वह दुख ते सुख विच सम रहिंदा, वह बराबर रहिंदा, इक्को जिहा रहिंदा। जुगत निर्मल निर्वैर ने, उहदे जीवन जीवन की जुगती बड़ी निर्मलता वाली ते निर्वैरता वाली है, उदारता वाली, बड़ा नोबल फोआ। वो हर मनुख मात्र दे नाल प्यार करन वाला, वो सरबत का भला मंगण वाला। वो जुगत निर्मल निर्वैर ने, निर्मलता वाली जुगती ते निर्वैरता वाली जुगती, उहनूं किसे नाल बैर भावना नहीं होएगी। वो हमेशा अपनी जिंदगी दे अंदर सब को मीत हम अपन कीना, हम सबना के साजन, दूर परायो मालका बिरहाता मेल कियो मेरे राजन। गुरु अर्जन साहब का सिद्धांत, जब ते साध संगत मोहे पाई, बिसर गई सवतात पराई, ना को बैरी नहीं बेगाना, सगल संग हम को बनियाई। तती तवी ते बिठा के भी पुछदे होने लोग भी, हुण दसो सच्चे पातशाह पिरथी बारे की विचार, जहांगीर बारे की विचार। लेकिन देखो जहांगीर तप गया, शेख अहमद सरंदी तप गया, चंदू तप गया, पिरथिया तप गया, होर पता नहीं किन्ने लोग तप गए, तवी तप गई, लेकिन गुरु अर्जन नहीं तपे। वह ठंडे तो ठंडे, क्योंकि उन्होंने अंदर एक दात प्राप्त हो चुकी है। चंदन चांदन सरद रुत, मूल ना मिट्टी काम, शीतल थीवै नानका जपंदड़ो हर नाम। हाँ थोड़ी भी एसी ला रहे, ठंड हो गई, अंदरली ठंड, एसी विच भी बंदा तप रहा है, सर्दियों विच तप रहा है, बर्फ पई है, स्नोफॉल हो जाए उत्थे बंदा तपी जांदा है, लेकिन तत्ती तवी ते बैठ के भी शरीर नूं अग लगी होवे, भांबड़ मचे होण, फिर बंदा अंदरों ठंडा पिया है, शीत पिया है। ये निशानी है संत दी कि ज्ञानंग सम दुख सुखंग, जुगत निर्मल निर्वैरण। फिर तीजी निशानी उहदी दयालंग सर्वत्र जिया, वह सारे जीवों के उत्ते दया करन वाला है, वितकरे आ जाता पाता दे मिटा के वह गुरु की संगत आ सानू एक थां ते बिठा दिंदा, वह सारे जीवों ते दया करदा। वह भगत नामदेव जी वर्गे जिन्हां चुक के बाहर सुट दिता, ऐसी दया की गुरु नानक ने अज तक ते बिठा दिता उन्हां नूं। दयालंग सर्वत्र जिया, सारे जीवों के उत्ते दया करन दा घर, दया कर पंच दुख विवर्जते और पंजा दोषा नू विवर्जित करके रख दे। अज वेखो ना किन्ने संत अंदर बैठे है और किन्ने होने वाले है, लेकिन हों बलिहारी संतन तेरे जिन काम क्रोध लोभ पीठा जियो। मैं उन्हां संतां तो बलिहारी जांदा हाँ जिन्होंने काम नू क्रोध नू पी के रख दिता है, मलिया मेट करके रख दिता, कोई प्रभाव नहीं उन्हां दी जिंदगी दे विच, पंच दुख विवर्जते। नहीं तो संसार के अंदर आ इंडिया दे विच हो की रहा, और जे कि सच नाल इनकुआरी होवे, सच नाल पड़चोल होवे, पता नहीं किन्ने क लोग अंदर जाण, किन्ने क की होवे, फांसियां चाड़ चाड़े जाण, लेकिन सतगुरु कहिंदे सत संत की निशानी है, किते कोई साडे नाल धोखा ना कर सके। आ संत की निशानी, संत दा जीवन है दयालंग सर्वत्र जिया। फिर उस तो बाद भोजन गोपाल कीर्तन अल्प माया जल कमल रहत है, उन्हां दी खुराक जिथे वह भोजन छकते हैं आत्मक तौर दे उते,
ਸਾਡੀ ਪ੍ਰਥਾ ਲੰਗਰ ਦੀ ਵੰਡ ਕੇ ਛਕਣਾ ਔਰ ਘੱਟ ਖਾਣਾ। ਵੇਖੋ ਸਾਡੇ ਲੰਗਰਾਂ ਦੇ ਵਿੱਚ ਨਾ ਰਿਵਾਜ ਹੈ, ਇੱਕ ਪ੍ਰਥਾ ਹੈ ਵੀ ਜੇ ਕੋਈ ਅੱਧਾ ਫੁਲਕਾ ਮੰਗਦਾ ਤਾਂ ਅੱਧਾ ਫੁਲਕਾ ਦਿੱਤਾ ਨਹੀਂ ਜਾਂਦਾ, ਕਹਿੰਦੇ ਨਹੀਂ ਫੱਟੜ ਨਹੀਂ ਮਿਲੇਗਾ ਤੈਨੂੰ। ਸਾਡੇ ਬੋਲੇ ਹੈ ਫੱਟੜ, ਉਹਦਾ ਕਾਰਨ ਸੀ ਸਿਆਣੇ ਬਜ਼ੁਰਗਾਂ ਨੇ ਵੀ ਜੇ ਤੈਨੂੰ ਅੱਧੇ ਫੁਲਕੇ ਦੀ ਭੁੱਖ ਹੈ ਤਾਂ ਨਾ ਖਾ, ਰਹਿਣ ਦੇ, ਇੰਨੀ ਕੁ ਭੁੱਖ ਤੇਰੀ ਬਾਕੀ ਚਾਹੀਦੀ ਹੈ ਤੰਦਰੁਸਤੀ ਵਾਸਤੇ। ਵੱਡੀ ਕਮਾਲ ਦੀ ਸੋਚ ਹੈ ਸਾਡੀ ਲੰਗਰ ਪ੍ਰਥਾ ਦੇ ਅੰਦਰ, ਅੱਧਾ ਪ੍ਰਸ਼ਾਦਾ ਨਹੀਂ ਦਿੱਤਾ ਜਾਂਦਾ ਵੀ ਜੇ ਤੈਨੂੰ ਅੱਧੇ ਪ੍ਰਸ਼ਾਦੇ ਦੀ ਭੁੱਖ ਬਾਕੀ ਹੈ ਇਹਨੂੰ ਰਹਿਣ ਦੇ, ਤੇਰੀ ਤੰਦਰੁਸਤੀ ਬਣੇਗੀ, ਤੇਰੀ ਸਿਹਤ ਠੀਕ ਰਹੇਗੀ, ਹਾਜ਼ਮਾ ਠੀਕ ਰਹੇਗਾ। ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਆਪਣੀ ਜ਼ਿੰਦਗੀ ਅੰਦਰ ਘੱਟ ਖਾਣਾ, ਵੰਡ ਕੇ ਛਕਣਾ, ਭੋਜਨੰਗ ਗੋਪਾਲ ਕੀਰਤਨੰਗ ਉਹਦੇ ਨਾਲ ਆਤਮਕ ਖੁਰਾਕ। ਸਤਿਗੁਰ ਤੁਮ ਕਹੋ ਹੋਏ ਦੇ ਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਖਾਵਣਾ ਜਿਤ ਭੁੱਖ ਨਾ ਲਾਗੈ, ਸੰਤੋਖ ਸਦਾ ਤ੍ਰਿਪ ਤੀਵਣਾ, ਪਹਿਨਣਾ ਰੱਖ ਪੱਤ ਪਰਮੇਸ਼ਰ ਫਿਰ ਨਾਂਗੇ ਨਹੀਂ ਥੀਵਣਾ। ਉਹ ਪਹਿਰਾਵਾ ਅਤੇ ਉਹ ਭੋਜਨ ਛਕਦੇ ਆ ਉਹ ਲੋਕ ਜਿਹੜੇ ਸੰਤ ਨੇ। ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ, ਜਲ ਕਮਲ ਰਹਿਤੈ, ਉਹ ਕਿਵੇਂ ਰਹਿੰਦੇ ਹੈ? ਗੁਰੂ ਨਾਨਕ ਪਾਤਸ਼ਾਹ ਜੀ ਤੋਂ ਅਟੰਕਣ ਕਰਦੇ, ਕਹਿੰਦੇ ਸੱਚੇ ਪਾਤਸ਼ਾਹ ਵੀ ਅਸੀਂ ਤੁਹਾਨੂੰ ਜਦੋਂ ਉੱਥੇ ਮਿਲੇ ਸਵੇਰ ਪਰਬਤ 'ਤੇ, ਤੁਸੀਂ ਉਦਾਸੀਆਂ ਵਾਲਾ ਭੇਖ ਉਤਾਰਨ ਕੀਤਾ ਹੋਇਆ ਸੀ, ਲੇਕਿਨ ਅੱਜ ਵੇਖ ਕੇ ਬੜੇ ਹੈਰਾਨ ਹੁੰਦੇ ਆ, ਭੇਖ ਉਤਾਰ ਉਦਾਸ ਦਾ ਬਤ ਕਿਉਂ ਸੰਸਾਰੀ ਰੀਤ ਚਲਾਈ। ਆਖੇ ਜੋਗੀ ਭੰਗਰ ਨਾਥ, ਤੋਹੇ ਦੁੱਧ ਵਿੱਚ ਕਾਂਜੀ ਪਾਈ, ਕਹਿੰਦੇ ਉਹ ਖੱਟਾ ਪਾਤਾ ਹੈ। ਬਾਬਾ ਆਖੇ ਨਾਥ ਜੀ, ਤੇਰੀ ਮਾਂ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤਿਓ, ਭਾਏ ਕੁਚੱਜਾ ਫੁੱਲ ਸੜਾਈ, ਹੋਏ ਅਤੀਤ ਗ੍ਰਿਸ਼ਤ ਤਰ ਫਿਰ ਉਹਨੂੰ ਕਰ ਮੰਗਣ ਜਾਈ, ਬਿਣ ਦਿੱਤੇ ਕਿਸ ਹੱਥ ਨਾ ਆਈ। ਤੁਹਾਨੂੰ ਜਦੋਂ ਪ੍ਰਸ਼ਾਦੇ ਦੀ ਲੋੜ ਪੈਂਦੀ, ਕੱਪੜੇ ਦੀ ਲੋੜ ਪੈਂਦੀ, ਜੋੜਾ ਪਹਿਨਣ ਦੀ ਲੋੜ ਪੈਂਦੀ, ਤੁਸੀਂ ਮੰਗਣ ਤੁਰ ਪੈਂਦੇ ਹੈ। ਪਰ ਮੇਰਾ ਸਿੱਖ ਇੱਕ ਤਹਿਜ਼ੀਬ ਲੈ ਕੇ ਚੱਲੇਗਾ ਆਪਣੀ ਜ਼ਿੰਦਗੀ ਵਿੱਚ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ, ਕਾਲ ਖਾਏ ਕਿ ਛੱਥੋਂ ਦੇ, ਨਾਨਕਰਾ ਪਛਾਣੇ ਸੇ। ਅਲਪ ਮਾਇਆ ਜਲ ਕਮਲ ਰਹਿਤੈ, ਫਿਰ ਉਹ ਪੁੱਛਦੇ ਵੀ ਸੱਚੇ ਪਾਤਸ਼ਾਹ ਕਿਵੇਂ ਸੰਸਾਰ ਸਾਗਰ ਤੋਂ ਪਾਰ ਹੋਵਾਂਗੇ, ਅਤੇ ਗੁਰੂ ਨਾਨਕ ਨੇ ਉੱਥੇ ਇੱਕ ਤਰੀਕਾ ਦਿੱਤਾ ਹੈ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰ ਗਾਈ ਨੇ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੈ। ਕਿ ਆਪਣੀ ਜ਼ਿੰਦਗੀ ਦੇ ਅੰਦਰ ਪ੍ਰਭੂ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਅਤੇ ਜਿਵੇਂ ਮੁਰਗਾਬੀ ਪਾਣੀ ਦੇ ਉੱਤੇ ਤੈਰਦੀ ਤੈਰਦੀ ਉਡਾਰੀ ਮਾਰਦੀ ਹੈ, ਇਸ ਤਰ੍ਹਾਂ ਦੀ ਜੁਗਤੀ ਧਾਰਨ ਕਰਨੀ। ਪਰਿਵਾਰ ਵਿੱਚ ਰਹਿੰਦੇ ਹਾਂ, ਗ੍ਰਿਸ਼ਤ ਵਿੱਚ ਰਹਿੰਦੇ ਹਾਂ, ਔਰ ਨਾਲ ਕਮਲ ਵਰਗੀ ਜੁਗਤੀ। ਹੁਣ ਕਮਲ ਨੂੰ ਪੈਦਾ ਕਰਨ ਵਾਸਤੇ ਚਿੱਕੜ ਚਾਹੀਦਾ ਹੈ, ਜੀਵਨ ਦਾ ਨਿਰਵਾਹ ਕਰਨ ਵਾਸਤੇ ਮਾਇਆ ਚਾਹੀਦੀ ਹੈ। ਕਮਲ ਕਿਸੇ ਗਮਲੇ ਵਿੱਚ ਨਹੀਂ ਪੈਦਾ ਕੀਤਾ ਜਾ ਸਕਦਾ, ਕਿਸੇ ਫਾਰਮ ਵਿੱਚ ਨਹੀਂ ਪੈਦਾ ਕੀਤਾ ਜਾ ਸਕਦਾ, ਉਹਨੂੰ ਚਿੱਕੜ 'ਚ ਪੈਦਾ ਹੋਣਾ, ਅਤੇ ਜੀਵਨ ਦਾ ਨਿਰਵਾਹ ਕਿਸੇ ਹੋਰ ਗੱਲ ਨੇ ਨਹੀਂ ਕਰਨਾ। ਆਹ ਵੇਖੋ ਨਾ, ਹੁਣ ਗੁਰੂ ਕੀ ਗੁਰੂ ਘਰ ਦੀ ਕਾਰ ਸੇਵਾ ਸ਼ੁਰੂ ਹੋਈ, ਪਹਿਲਾਂ ਉੱਥੇ ਸੰਕੇਤ ਕੀਤੀ, ਪੈਸਿਆਂ ਤੋਂ ਬਿਨਾਂ ਹੋ ਗਿਆ ਕੰਮ ਕੋਈ? ਆਹ ਜਿੰਨਾ ਸਾਨੂੰ ਸ਼ੌਕਤ ਅਸੀਂ ਵੇਖਦੇ ਹਾਂ, ਇਹ ਸਾਰਾ ਕੁਝ ਪੈਸੇ ਨਾਲ ਹੀ ਹੋਣਾ, ਸਾਡੇ ਬੱਚਿਆਂ ਦੀ ਪੜ੍ਹਾਈ, ਹੋਰ ਵਿਆਹ ਸ਼ਾਦੀਆਂ, ਜੋ ਕੁਝ ਰਿਸ਼ਤੇਦਾਰੀਆਂ ਨਿਭਾਉਣੀਆਂ, ਭੈਣਾਂ ਭਾਈਆਂ ਦੇ ਕਾਰਜਾਂ ਵਿੱਚ ਸ਼ਾਮਿਲ ਹੋਣਾ, ਉਹ ਤੋਂ ਬਿਨਾਂ ਕਿੱਥੇ ਹੋਣਾ? ਪਰ ਸਤਿਗੁਰੂ ਕਹਿੰਦੇ ਇੱਕ ਜੁਗਤੀ ਅਪਣਾ ਕੇ ਚੱਲੋ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੈ। ਆਪਣੀ ਜ਼ਿੰਦਗੀ ਦੇ ਅੰਦਰ ਇਹ ਧਾਰਨ ਕਰਕੇ ਤੁਰਨਾ, ਜੁਗਤ ਨਿਰਮਲ ਨਿਰਵੈਰਨ ਹੈ, ਜਲ ਕਮਲ ਅਲਪ ਮਾਇਆ ਜਲ ਕਮਲ ਰਹਿਤੈ। ਫਿਰ ਉਸ ਤੋਂ ਬਾਅਦ ਜਦੋਂ ਉਹ ਉਪਦੇਸ਼ ਕਰਦੇ ਹਨ ਸੰਤ ਜਨ, ਉਹ ਉਪਦੇਸ਼ ਕਰਨ ਵੇਲੇ ਕੋਈ ਵਿਤਕਰਾ ਨਹੀਂ ਕਰਦੇ, ਜਾਤਾਂ ਪਾਤਾਂ ਦਾ ਨਹੀਂ ਕਰਦੇ, ਦੇਸ਼ ਕਾਲ ਦਾ ਨਹੀਂ ਕਰਦੇ, ਕਿਸੇ ਭੇਸ ਦਾ ਨਹੀਂ ਕਰਦੇ। ਸਤਿਗੁਰੂ ਕਹਿੰਦੇ ਸੰਤ ਦੀ ਨਿਸ਼ਾਨੀ ਉਪਦੇਸ਼ੰਗ ਸਮ ਮਿੱਤਰ ਸ਼ਤਰਾ, ਮਿੱਤਰ ਅਤੇ ਸ਼ਤਰੂ ਨੂੰ ਬਰਾਬਰ ਦਾ ਉਪਦੇਸ਼ ਦਿੰਦੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਬਾਣੀ ਪੜ੍ਹੇ, ਹਿੰਦੂ ਬੈਠ ਕੇ ਪੜ੍ਹੇ, ਸਤਿਗੁਰੂ ਕਹਿੰਦੇ ਪੜ੍ਹ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਬਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਾਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਣਸ ਨਾਨਕਾ ਜੋਗਲ ਚੱਲੇ ਪਾਏ। ਇੱਕ ਚੰਗਾ ਹਿੰਦੂ ਬਣਨਾ ਨਾ ਅਤੇ ਆਹ ਕੁਆਲਿਟੀ ਪੈਦਾ ਕਰ ਲਾ ਆਪਣੇ ਅੰਦਰ। ਆ ਬੀਬੀਆਂ ਜਾ ਕੇ ਪੁੱਛਦੀਆਂ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ,
एक चंगी सुपत्नी बन वास्ते चंगी घरेलू हालत नूं ठीक करन वास्ते मैं एक चंगी हाउस वाइफ जिहड़ी आ किवें बन सकदी आ, एक सुहागण किवें बन सकदी आ। सतगुरु कहिंदे बन सकदी सहज संतोख शिगारियां मिठा बोलणी। एक मुसलमान वीर आके गुरु की ताबिया बहिंदा वी सच्चे पातशाह सानू किरपा करके दसो असी मुसलमान हुंदे चंगा इंसान किवें बन सकदे आ। सतगुरु कहिंदे पहला सच हलाल दोए, तीजा खैर खुदाए, चौथी नीयत रास मन, पंजवीं सिफत सुनाए, करनी कलमा आके तां मुसलमान सदाए। है नहीं कमाल दा कम। उपदेशंग सा मित्र शत्र है, मित्र ते शत्रु नूं बराबर दा उपदेश। दुनिया का कोई जग्यासु आ जाए जो जी आवे सो राजी जावे। ये साडा ठेका थोड़ी भी असी ठेका ले लिया भी साडा ही है, असी तो रुमाले च लपेट दिता। रुमाले चंगे दो, शोभा जिनी मर्जी करो, लेकिन इनू पढ़ना किने है, इहदा प्रचार किने करना है, इनू विचारना किने है। रोज़ केवल मात्र पढ़ने वास्ते नहीं, भी आ गया भाई अकाल की तब है चलायो पंथ, सब सिखन को हुक्मै गुरु मानियो ग्रंथ, गुरु ग्रंथ जी मानियो प्रगट गुरां की दे, जो प्रभ को मिल वो चाहे खो शब्द मैले। ये संत दी निशानी है, जे संत बनना है सतगुरु कहिंदे आ काम करो। उपदेशंग सा मित्र शत्र है, भगवंत भगत भावनी, थोड़े अंदर भगत की भगवंत की भगती ओदे प्रति श्रद्धा, ओदे अंदर ओदे प्रति डेडिकेशन होवे, भगवंत प्रति रब प्रति। रब की थां दे उत्ते मत्था असी गुरु ग्रंथ साहिब नूं टेकीए, फिर साडा सिर जाके कदी गुगे अगे झुक जाए, कदी मड़ी अगे झुक जाए, कदी किसी साध अगे झुक जाए, पखंडी अगे। साध तां बनना ही है, साध तां बहुत उच्चा है। मैं एक बारी यूपी गया संतां दे डेरे च, ते उत्थे मैं गल ही इत्थों शुरू की, सामने सारे महापुरख जिन्हां नूं कहिंदे ओह बैठे सी, भी एडी पवित्र जगह है तुहाडी, भी अगम अगाध पार ब्रह्म सोए, जो जो कहे सो मुक्ता होए, सुन मीता नानक बिरवंता, साध जना की अचरज कथा। फिर मैं कहा अगे जाके होर खोलो, साध की महिमा बेद ना जानना है, जेता सुने तेता बख्याना है, साध की उपमा ते गुण ते दूर, साध की उपमा रही भरपूर, साध की शोभा का नहीं अंत, साध की शोभा सदा बेअंत, साध की शोभा साध बनयाई, नानक साध प्रभ भेद ना पाई। कोई छोटी मोटी गल थोड़ी है, लेकिन सतगुरु कहिंदे सानू पहचान होवे इस रूप दे होण, किते गलत थां ते ना साडा कनैक्शन जुड़ जाए, गलत थां ते ना चले जाइए, पे अंदरों होवे असंत ते असी उत्थे जाके गल करिए। क्योंकि गल करन दा जदों लहजा दिता ना, भी गल किथे करनी है, किन्हां लोकां नाल बैठ के विचार करनी है, ते कबीर साहब कहिंदे भी संत मिला के सुनिया कही है, ते जिथे दूजे बैठे होण गोलियां लैके बैठे होण पग्गां लाउण वाले बैठे होण, ते मिला असंत मस्त कर रही है। बाबा बोलना क्या कही है, जैसे राम नाम रब रही है, संतन से बोले उपकारी, मूर्ख से बोले वो कहिंदे तुसीं साडे नाल ज़्यादा सियाणे हो, तुहानूं की आंदा, उहदे नाल की विचार करोगे। जिहड़े विचार नूं मन्नण वास्ते तैयार नहीं, केवल हथियार चुक के फिरदे ने। शास्त्र ते शास्त्र दो दातां दित्तियां सी सानू, कि शास्त्र ते शास्त्र आ ज्ञान दा भंडार, लेकिन दूजी ये भी तलवार सी, ये तलवार है। गुरु नानक ने इहदे नाल ही सवारिया कोई चक्की तलवार, उत्थे ज्ञान खड़ग कर कृपा दीना दूत मारे करताई है। ये ज्ञान रूपी खड़ग, जिस ज्ञान की खड़ग दे नाल गुरु अंगद की गर्दन लाई, ये मत सोचा भी गुरु गोबिंद सिंह ने सिर मंगे, उन्होंने अखीर में जाके फाइनल टच दिता गुरु नानक दे कोल। जो गुरु अंगद आए, भाई लहना आए ना, उस वेले खड़ग पुराके जीद है, खड़ग चुकी ज्ञान दी, उहदी पहली जिहड़ी सुरत सी ला के पासे कर दित्ती, पहला ध्यान पासे कर दिता, पहली जो जीवन जात सी पासे कर दित्ती, नवा अंगद पैदा कर दिता, वो नवी सोच पैदा कर दित्ती, वो लहने का जीवन बदलिया, अंदरों शरीर थोड़ी बदलिया। जदों बाबा श्री चंद जी बैठे ने, बाबा लक्ष्मी दास जी बैठे ने, वो पुत्र होण दा मानता प्राप्त करते हैं, लेकिन पुत सपुत बबाने लहना। जे बाबे दे घर विच सपुत्र होण दा मान प्राप्त होया, तो भाई लहने नूं मिलिया, क्योंकि उन्हें सिर भेट कर दिता अपना।
इस करके सतगुरु कहिंदे भी अपनी जिंदगी विच जे संत की पहचान सानू हो जाए ना उपदेशक सामित्र छत्र है भगवंत भगत भावनी वो अपनी भावनी अपनी श्रद्धा भगवंत नाल जोड़ के रखण वाला है मित्र ते शत्रु नू बराबर दा उपदेश करन वाला वो वितकरे नहीं खड़े करेगा बल्कि इहो जिहा सिधांत देगा जिहड़ा सरबत दे भले वाला होवे पूरी मनुखता दे उत्ते लागू हो सके पूरी मनुखता नू विश्व पद्धर दी शांति मिल सके जगत जलंदा रख लै अपनी कृपा धार जित द्वारा उभरै ते तैले उबार मंत्रंग राम राम नामंग ध्यानंग सर्वत्र पूर्ण है ज्ञानंग सम दुख सुखंग जुगत निर्मल निर्वैरण है दयालंग सर्वत्र जिया पंच दुख विवर्जते भोजनंग गोपाल कीर्तनंग अल्प माया जल कमल रहत है उपदेशंग सामित्र छत्र है भगवंत भगत भावनी अगली गल सतगुरु कहिंदे जे संत वेखना होवे ना ते संत दी निशानी पर कर लिओ पर निंदा ने स्रोत सरवणंग वह दूजियां दी निंदिया ना करदा ते ना निंदिया सुणदा हो पर निंदा ने स्रोत सरवणंग देखो किन्ने बंदे नूं अलामतां लगियां लेकिन सतगुरु कहिंदे निंदा भली किसे की नहीं मनमुख मुगध करन आ साडे महल्लियां च लड़ाइयां हुंदियां किते वह कहिंदे फलाने ने मैनूं आह गल कह दित्ती फलाने ने आह कह दित्ती सुनी ते डंडा चुक के तुर पए घर च लड़ाइयां हुंदियां निंदिया तो ते सतगुरु कहिंदे इह एडा वड्डा रोग है कि निंदा भली किसे की नहीं मनमुख मुगध करन और बाकी जिन्ने रोग ने सारियां दी दवाई हो सकती है इलाज हो सकता है लेकिन कहिंदे मैं पड़चोल करके वेख लिया अवखद सवे कीतिया निंदक का दारू नहीं इहदी कोई दवाई भी नहीं अगे तो अगे काम वधी जाणा जिहड़े संत ने जिहड़े गुरु प्यारे ने रब दे प्यार विच रहण वाले लोग ने वह किसी की निंदिया नूं कन्नां विच कदी सुणगे नहीं मैं बेनती करदा हुंदा कई वारी भी कोई गुआंढी साडा नेबरर जिहड़ा ना वह अपना डस्टबिन चुक के साढ़े दरवाजे मूहरे डोल जाए टॉयलेट करांगे आपां जां मैं डस्टबिन चुक्कां ते गुआंढी दे दरवाजे मूहरे डोल देवां जाके वह टॉयलेट करेगा इस गल नूं भी गंदगी घर की कट्ठी की डस्टबिन चुकया तो वो ढेरी करती दरवाजे मूहरे जाके मेरे घर के मूहरे को कर देवे थोड़े घर के मूहरे को कर देवे टॉयलेट करांगे आ दरवाजे ही है जो अगला डस्टबिन खोलता साडे कन्ना असीं कान ला लग सुणदे होर की कहिंदा सी होर की आखदा सी प्रशादा छकदे आ ते प्रशादा साडे ब्लड सर्कूलेशन का हिस्सा बनता है जो कुछ इत्थों सुनना है वह साडी सोच का हिस्सा बनना उहने थिंकिंग पार्ट बनना उन्हें इस करके सतगुरु कहिंदे ए सरवणो मेरे हो साचे सुनने नो पठाए साचे सुनने नो पठाए शरीर लाए सुनो सत बाणी जे सुनी मन तन हरिया हुआ रसना रस माणी सच अलख बिडाणी ताकि गत कही ना जाए कहे नानक अमृत नाम सुनो वो तो सवा होर कोई गल नहीं अंदर जानी चाहिए साचे सुनने नो पठाए परनिंदा ने स्रोत सरवणंग आप त्याग सगल रिणक है वह आपा त्याग के सारिया की धूड़ी बन के रेंदे है सारे के सिर पर नहीं चढ़ते भी मैं मत्थे टेको तुसी देखो ना भाई कि वह कहने देखो लिखिया है भी मत्थे टिकाने पंक्तियां कढ़ कढ़ के पढ़ते जो दिस है गुरसिखड़ा तो सनेबर में लगों पाए जियो तो मैं पंक्ति कढ़दा केसा का कर बीजना संत चौर टलावो तो केसा का पखा बना के चौर बना के मैं गुरु नूं चौर करदा है आओ उठ के इतों के अपनी दस्तार ला के कोई भैन दुपट्टा ला के केस खिलार के गुरु साहब नूं करो तो करांगे अजे तां जे कितें सिर नंगे हो गेट तो बढ़ जाए कोई बंदा वो डंडा चुक के मगर खो जाने फिर तू नंगे सिर किवें बढ़िया ये सिंबोलिक है गुरु प्रति भावना है एक किया जा सकता कदी केसा का कर चौर टलावा चरण केस चवर कर फेरी पंक्तियां गुरु ग्रंथ साहब दियां ना भी मैं केसा का चौर बना के ये ते फेरा हुण साढ़े चो कोई दस्तार ला के केस खिलार के फेर सकदा इवें वो पंक्तियां ने वो मत्थे टिकाण वास्ते नहीं निम्र भाव अंदर पैदा करन वास्ते है मैं बद्धी सच धर्मसाल है गुरसिखा लहिंदा भालक है पैर धोवां पखा फेरदा ते निब निब लगा पाए जी पर निंदा ने स्रोत सरवणंग आप त्याग सगल रिणक है कहिंदे आपा त्याग के वह सारिया की धूड़ी बन के रहिंदे जिहड़े संत ने वो आपे अपने आप नूं
ਬਿਲਕੁਲ ਸਾਰਿਆਂ ਤੋਂ ਨੀਵਾਂ ਸਮਝਣਗੇ, ਸਾਰਿਆਂ ਤੋਂ ਥੱਲੇ ਸਮਝਣਗੇ। ਦੇਖੋ ਨਾ ਗੁਰੂ ਨਾਨਕ ਪਾਤਸ਼ਾਹ ਜੀ ਵਰਗੀ ਸ਼ਖਸੀਅਤ ਕਿੱਡੀ ਕਮਾਲ ਦੀ, ਵੀ ਨਾਨਕ ਨੀਚ ਕਹਿ ਵਿਚਾਰ, ਵਾਰਿਆਂ ਨਾ ਜਾਵਾਂ ਏਕ ਵਾਰ, ਵੱਧ ਵਕਤ ਹਮਚੂ ਵਕੀਲ ਗਾਫਲ ਬੇਨਜ਼ਰ ਬੇਵਾਕ। ਮੈਂ ਵੱਧ ਵਕਤ ਭੈੜੇ ਵਕਤ ਦਾ ਪੈਦਾ ਹੋਇਆ, ਹਮਚੂ ਵਕੀਲ ਨਿੰਦਿਆ ਕਰਨ ਵਾਲਾ, ਬੇਨਜ਼ਰ ਅੰਨਾ ਬੇਵਾਕ ਜਿਹਨੂੰ ਬੋਲਣਾ ਹੀ ਨਹੀਂ ਆਉਂਦਾ। ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਤੇਰਾ ਦਾਸ ਨਾਨਕ ਬੋਲਦਾ ਹੈ ਮੈਨੂੰ ਆਪਣੇ ਚਾਕਰਾਂ ਦੀ ਖਾਕ ਬਣਾ ਲੈ, ਧੂੜੀ ਬਣਾ ਲੈ। ਨਾਨਕ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਇਸ ਕਰਕੇ ਸਤਿਗੁਰੂ ਕਹਿੰਦੇ ਵੀ ਆ ਸਾਨੂੰ ਪਹਿਚਾਣ ਹੋ ਸਕੇ, ਤਹਿਜ਼ੀਬ ਆ ਸਕੇ ਵੀ ਸੰਤ ਆਹ ਹੁੰਦਾ ਹੈ। ਪਰਨਿੰਦਾ ਨੇ ਸਰੋਤ ਸ਼ਰਵਣ ਆਪ ਤਿਆਗ ਸਗਲ ਰਿਣਕੈ, ਸਤਿਗੁਰੂ ਕਹਿੰਦੇ ਇਹ ਚੇਤਾ ਕਰ ਲਿਓ ਖੱਟ ਲੱਖਣ ਪੂਰਨੰਗ ਪੁਰਖਾ। ਇਹ 6 ਨਿਸ਼ਾਨੀਆਂ ਨੇ ਪੂਰਨ ਪੁਰਖਾਂ ਦੀਆਂ, ਸੰਤਾਂ ਦੀਆਂ। ਨਾਨਕ ਸੰਤ ਸਾਧ ਸਵਜਨ ਹੈ ਜਿਹੜੇ ਸੰਤ ਜਨ ਨੇ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰੂ ਨੇ ਤਹਿਜ਼ੀਬ ਦਿੱਤੀ, ਪਹਿਚਾਣ ਦਿੱਤੀ ਸੰਤ ਦੀ। ਮੈਂ ਹੁਣ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਤੁਹਾਡੇ ਨਾਲ ਬਚਨ ਸਾਂਝਾ ਕਰਕੇ ਸਮਾਪਤੀ ਕਰਾਂ। ਭਾਈ ਸਾਹਿਬ ਕਹਿੰਦੇ ਕੋਈ ਧੋਖਾ ਨਾ ਕਰੇ ਸਾਡੇ ਨਾਲ ਇਸ ਮਾਮਲੇ ਦੇ ਅੰਦਰ। ਉਹ ਕਹਿੰਦੇ ਤੁਸੀਂ ਆਟਾ ਲੈ ਲਓ, ਚੀਨੀ ਲੈ ਲਓ, ਇੱਕੋ ਜਿਹੇ ਰੰਗ ਦੇ, ਇੱਕ ਕੌਲੀ 'ਚ ਆਟਾ ਪਾ ਲਓ ਕਣਕ ਦਾ, ਇੱਕ 'ਚ ਤੁਸੀਂ ਸ਼ੂਗਰ ਪਾ ਲਓ, ਦੋਨੋਂ ਹੀ ਪੀਸੀਆਂ ਹੋਣ ਨਾ ਅਤੇ ਇੱਕੋ ਜਿਹੀਆਂ ਪ੍ਰਤੀਤ ਹੋਣਗੀਆਂ। ਜੈਸੇ ਚੂਨੋ ਖਾਂਡ ਸਵੇਤ ਏਕ ਸੇ ਦਿਖਾਈ ਦੇਤ, ਜਾਣੀਏ ਸਵਾਦ ਰਸ ਰਸਨਾ ਕਹਿ ਚਾਖੀ ਹੈ। ਲੇਕਿਨ ਪਤਾ ਕਦੋਂ ਲੱਗੇ, ਜਦੋਂ ਜੀਭ 'ਤੇ ਰੱਖੋਗੇ ਆਟਾ ਕਿਹੜਾ ਅਤੇ ਚੀਨੀ ਦਾ ਮਿੱਠਾ ਸਵਾਦ ਤੁਹਾਨੂੰ ਜੀਭ 'ਤੇ ਰੱਖਣ ਤੋਂ ਬਾਅਦ ਪ੍ਰਾਪਤ ਹੋਣਾ, ਪਹਿਚਾਣ ਹੋਣੀ। ਜੈਸੇ ਚੂਨੋ ਖਾਂਡ ਸਵੇਤ ਏਕ ਸਹਿ ਦਿਖਾਈ ਦੇਤ, ਜਾਣੀਏ ਸਵਾਦ ਰਸ ਰਸਨਾ ਕਹਿ ਚਾਖੀ ਹੈ। ਜੈਸੇ ਪੀਤ ਵਰਨ ਹੇਮ ਉਹ ਪੀਤਰ ਹੋਵੇ, ਹੁਣ ਸੋਨਾ ਹੋਵੇ ਪਿੱਤਲ ਹੋਵੇ ਦੋਨੋਂ ਹੀ ਗੋਲਡ ਕਲਰ ਦੇ ਨਜ਼ਰ ਆਉਂਦੇ ਨਾ, ਪੀਲੇ ਰੰਗ ਦੇ ਨਜ਼ਰ ਆਉਂਦੇ ਆ, ਲੇਕਿਨ ਜਾਣੀਏ ਮਹੱਤ ਪਾਰ ਖਾਦ ਅਗਰ ਰੱਖੀ ਹੈ। ਜਦੋਂ ਸੁਨਿਆਰੇ ਕੋਲ ਜਾ ਕੇ ਰੱਖੋਗੇ ਨਾ, ਉਹ ਰੱਖਦਿਆਂ ਸਾਰ ਹੀ ਕਹਿੰਦਾ ਵੀ ਆਹ ਚੁੱਕ ਲੈ ਜਾ, ਇਹ ਤਾਂ ਮੇਰੇ ਕੰਮ ਦਾ ਨਹੀਂ। ਉਹਨੂੰ ਪਹਿਚਾਣ ਹੈ, ਸਾਨੂੰ ਉੱਦਾਂ ਦੀ ਪਹਿਚਾਣ ਹੋਵੇ। ਜੈਸੇ ਪੀਤ ਵਰਨ ਹੀ ਹੇਮ ਉਹ ਪੀਤਰ ਹੋਵੇ, ਜਾਣੀਏ ਮਹੱਤ ਪਾਰ ਖਾਦ ਅਗਰ ਰਾਖੀ ਹੈ। ਫਿਰ ਕਹਿੰਦੇ ਜੈਸੇ ਕਊਆ ਕੋਕਲਾ ਦੋਨੋਂ ਖੱਗ ਸਿਆਮ ਤਨ, ਕਾਂ ਅਤੇ ਕੋਇਲ ਦੋਨੋਂ ਕਾਲੇ ਰੰਗ ਦੇ ਹੈ, ਲੇਕਿਨ ਕਾਂ ਬੈਠਾ ਹੋਵੇ ਨਾ ਲੋਕ ਚੁੱਕ ਚੁੱਕ ਕੇ ਪੱਥਰ ਮਾਰਦੇ, ਕੋਇਲ ਬੋਲਦੀ ਹੋਵੇ ਤਾਂ ਲੋਕ ਬੜਾ ਧਿਆਨ ਦੇ ਕੇ ਸੁਣਦੇ ਹੈ। ਕਾਗਾ ਕਾਕੋ ਲੇਤ ਹੈ ਕੋਇਲ ਕਾਕੋ ਦੇਤ, ਮਿੱਠੇ ਬੋਲ ਬੋਲ ਕੇ ਮਨ ਸਭ ਕੋ ਹਿਰ ਲੇਤ, ਦੋਨੋਂ ਖੱਗ ਸਿਆਮ ਤਨ, ਜਾਣੀਏ ਸ਼ੁਭ ਅਸ਼ੁਭ ਸ਼ਬਦ ਸੁਭਾਖੀ ਹੈ। ਚੰਗਾ ਅਤੇ ਮੰਦਾ ਕਿਵੇਂ ਪ੍ਰਤੀਤ ਹੁੰਦਾ, ਉਹਨਾਂ ਦੇ ਸ਼ਬਦਾਂ ਤੋਂ ਪ੍ਰਤੀਤ ਹੁੰਦਾ। ਤੈਸੇ ਸਾਧ ਅਸਾਧ ਚਿਹਨ ਕੈ ਸਮਾਨ ਹੋਤ, ਸਾਧ ਅਤੇ ਅਸਾਧ, ਸੰਤ ਅਤੇ ਅਸੰਤ। ਅਸੰਤ ਜਿਹੜਾ ਹੋਰ ਡੈਕੋਰੇਟ ਕਰਕੇ ਬੈਠਾ ਹੁੰਦਾ ਆਪਣੇ ਆਪ ਨੂੰ, ਬੜਾ ਮੇਕਅਪ ਕੀਤਾ ਹੁੰਦਾ ਉਹਨਾਂ ਨੇ। ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪੈਣ ਤੱਗ, ਗਲੀ ਜਨਾ ਜਪਮਾਲੀਆਂ ਲੋਟੇ ਹੱਥ ਨੇ ਵੱਗ। ਤੈਸੇ ਸਾਧ ਅਸਾਧ ਚਿਹਨ ਕੈ ਸਮਾਨ ਹੋਤ, ਜਾਣੀਆਂ ਕਰਤੂਤ ਲੱਗ ਲੱਖਣ ਕਹਿ ਲਾਖੀ ਹੈ। ਲੇਕਿਨ ਉਹਦੇ ਲੱਛਣਾਂ ਤੋਂ, ਉਹਦੀ ਕਰਤੂਤ ਤੋਂ ਪਤਾ ਲੱਗਣਾ ਸੰਤ ਕੌਣ ਅਤੇ ਅਸੰਤ ਕੌਣ ਹੈ। ਪਰ ਖਾ ਪਈ ਹੈ, ਲੜਨ ਦੀ ਜ਼ਰੂਰਤ ਨਹੀਂ, ਕਿਸੇ ਦੀ ਨਰਾਦਰੀ ਕਰਨ ਦੀ ਜ਼ਰੂਰਤ ਨਹੀਂ। ਵੇਖੋ ਨਾ ਆਪਾਂ ਬਜਾਜੀ ਦੀ ਦੁਕਾਨ 'ਤੇ ਖੜ੍ਹੇ ਹੋਈਏ ਅਤੇ ਮੈਂ ਆਖਾਂ ਆਹ ਕੱਪੜਾ 2 ਮੀਟਰ ਹੈ, ਦੂਜਾ ਆਖੇ 3 ਮੀਟਰ ਹੈ, ਤੀਜਾ ਆਖੇ 4 ਮੀਟਰ ਹੈ, ਬਜਾਜ ਆਖੇਗਾ ਲੜਦੇ ਕਾਹਨੂੰ, ਗਜ ਪਿਆ ਮਿਣ ਕੇ ਦੇਖੋ ਤਾਂ। ਆਹ ਗਜ ਦਿੱਤਾ ਮਹਾਰਾਜ ਨੇ ਸ਼ਬਦ, ਇਹਦੀ ਨਜ਼ਰ ਵਿੱਚ ਵੇਖੋ ਕੌਣ ਹੋ ਸਕਦਾ। ਅਤੇ ਜਿਹੜੇ ਸੰਤ ਨੇ ਉਹਦਾ ਰੱਜ ਕੇ ਸਤਿਕਾਰ ਕਰੋ, ਲੇਕਿਨ ਅਸੰਤਾਂ ਤੋਂ ਬਚ ਕੇ ਰਹੋ। ਕਿਉਂ? ਸੰਤ ਮਿਲਿਆ ਕਿ ਸੁਣੀਏ ਕਹੀ ਹੈ, ਮਿਲਿਆ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਬ ਰਹੀ ਹੈ। ਸੰਤਨ ਸਿਉਂ ਬੋਲਿਓ ਪੁਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ। ਬੋਲਤ ਬੋਲਤ ਬੜੇ ਬੇਕਾਰਾ, ਬਿਨ ਬੋਲੇ ਬੋਲੇ ਕਿਆ ਕਰੇ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਾਬੂ ਨਾ ਡੋਲੇ। ਜਿਹੜਾ ਸੰਤ ਹੋਏਗਾ ਨਾ, ਉਹ ਗੱਲ ਨਹੀਂ ਪਏਗਾ ਕਿਸੇ ਦੇ, ਸਗੋਂ ਉਹ ਭਾਂਡੇ ਮਾਂਜੇਗਾ, ਮੁੱਠੀ ਚਾਪੀ ਕਰੇਗਾ। ਔਰ ਜਿਹੜੇ ਪੁਰਾਤਨ ਬਜ਼ੁਰਗ ਹੁੰਦੇ ਸਨ ਮਹਾਂਪੁਰਖ ਨਾ, ਕਦੀ ਜਾਣਾ ਉਹਨਾਂ ਦੇ ਡੇਰਿਆਂ ਉੱਤੇ, ਜਾਂ ਤਾਂ ਲੱਕੜਾਂ ਪਾੜਦੇ ਮਿਲਣਗੇ, ਦਾਣੇ ਛੱਟਦੇ ਮਿਲਣਗੇ, ਝਾੜੂ ਫੇਰਦੇ ਮਿਲਣਗੇ। ਗੁਰੂ ਨਾਨਕ ਨੂੰ ਜਦੋਂ ਭਾਈ ਲਹਿਣਾ ਜੀ ਮਿਲਣ ਵਾਸਤੇ ਗਏ, ਮਾਤਾ ਸੁਲੱਖਣੀ ਜੀ ਪੁੱਛਦੇ ਕਿੱਥੇ ਨੇ, ਕਹਿੰਦੇ ਧਾਨ ਦੇ ਖੇਤ 'ਚ ਹੈ। ਅੱਜ ਕੋਈ ਬਾਬਾ ਹੋਏਗਾ ਧਾਨ ਦੇ ਖੇਤ 'ਚ ਵੜ ਕੇ ਕੰਮ ਕਰਦਾ, ਗੱਦੀ ਲਾ ਕੇ ਬੈਠਾ ਹੁੰਦਾ ਉਹ।
ਉਹ ਕੇਵਲ ਮੇਡ ਇਨ ਇੰਡੀਆ ਉਹਦਾ ਕੱਪੜੇ ਸਰੀਰੇ ਹੀ ਹੁੰਦਾ, ਬਾਕੀ ਸਭ ਕੁਝ ਇੰਪੋਰਟਡ ਹੁੰਦਾ ਕਾਰ ਸਮੇਤ, ਔਰ ਮਜ਼ਦੂਰਾਂ ਦੇ ਪੈਸੇ ਨਾਲ ਜਿਹੜੇ 100-100 ਰੁਪਈਆ ਮਜ਼ਦੂਰੀ ਲੈ ਕੇ ਪਸੀਨੇ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੀ ਜ਼ਿੰਦਗੀ ਪਾਲ ਰਹੇ, ਉਹਨਾਂ ਦਾ ਪੈਸਾ ਲੈ ਕੇ ਐਸ਼ੋ ਇਸ਼ਰਤ ਦੇ ਅੱਡੇ ਬਣੇ ਪਏ ਹੋ। ਉਹਨਾਂ ਤੋਂ ਬਚ ਕੇ ਤੁਰਨ ਦੀ ਲੋੜ, ਅਤੇ ਬਾਕੀ ਜੋ ਅਸੀਂ ਅਰਦਾਸ ਰੋਜ਼ ਹੀ ਕਰਕੇ ਸੌਂਦੇ ਹਾਂ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮੰਨ ਕੇ ਪੂਰੇ, ਨਾਨਕ ਅਰਦਾਸ ਇਹ ਹੈ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੁਰ। ਧੁਰ ਸੰਤ ਦੀ ਪਹਿਲੀ ਨਿਸ਼ਾਨੀ, ਤੁਸੀਂ ਵੀ ਬਣ ਸਕਦੇ, ਮੈਂ ਵੀ ਬਣ ਸਕਦਾ, ਹਰ ਬੰਦਾ ਬਣ ਸਕਦਾ ਹੈ ਕਿ ਚਿੜੀ ਚੌਕੀ ਪਹੁ ਫੁੱਟੀ ਬੱਗਣ ਬਹੁਤ ਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲੇ, ਰੱਬ ਦਾ ਸਿਮਰਨ ਕਰਨ ਵਾਲੇ, ਬੰਦਗੀ ਕਰਨ ਵਾਲੇ, ਫਿਰ ਉਹਨਾਂ ਦਾ ਜੀਵਨ ਦ੍ਰਿੜਤਾ ਵਾਲਾ ਜੀਵਨ ਹੈ ਕਿ ਸੰਤ ਨਾ ਛੋਡੈ ਸੰਤੇ ਹੀ, ਜੋ ਕੋਟਕ ਮਿਲੈ ਅਸੰਤ ਮਲਿਆਗਰ ਭਿਅੰਗਮ ਵੇਢਿਓ ਤਾਂ ਸੀਤਲ ਤਾਨਾ ਤਜੰਤ। ਸਤਿਗੁਰੂ ਕਿਰਪਾ ਕਰੇ ਸਾਡੇ ਜੀਵਨ ਜਾਤ ਸਾਨੂੰ ਪ੍ਰਾਪਤ ਹੋਵੇ ਅਤੇ ਅਸੀਂ ਇਹਨਾਂ ਮਹਾਂਪੁਰਖਾਂ ਦਾ, ਇਹੋ ਜਿਹੀਆਂ ਸ਼ਖਸੀਅਤਾਂ ਦਾ ਸਤਿਕਾਰ ਕਰ ਸਕੀਏ ਅਤੇ ਪਖੰਡ ਦੀ ਪਹਿਚਾਣ ਕਰਕੇ ਉਹ ਤੋਂ ਬਚ ਸਕੀਏ। ਸਤਿਗੁਰੂ ਕਿਰਪਾ ਕਰਨ, ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ, ਅਤੇ ਗੁਰੂ ਕੇ ਵਚਨ ਜੋ ਆਪ ਜੀ ਨਾਲ ਗੁਰੂ ਸਿਧਾਂਤਾਂ ਰਾਹੀਂ ਸਾਂਝੇ ਕੀਤੇ ਨੇ ਉਹ ਗੁਰੂ ਕੇ ਸਮਝ ਕੇ ਹਿਰਦੇ 'ਚ ਵਸਾ ਲੈਣੇ, ਤਾਂ ਕਿ ਜੋ ਆਪ ਜੀ ਨੇ ਉੱਦਮ ਕੀਤਾ ਹੈ ਉਹ ਸਾਡੇ ਸਾਰਿਆਂ ਵਾਸਤੇ ਲਾਭਦਾਇਕ ਹੋ ਸਕੇ। ਸਾਰਿਆਂ ਦਾ ਧੰਨਵਾਦ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।